ਉਹਨਾਂ ਉੱਤੇ 7 ਰਾਤਾਂ ਤੇ 8 ਦਿਨ ਉਤੋੜੀਤੀ ਫਿਰ ਤੂੰ ਵੇਖਦਾ ਲੋਕ ਉਹਨੋਂ ਟੱਠੇ ਸੇ ਯੋ ਮੋਚੇ ਸੰ ਖਜੂਰ ਦੇ ਪੋਲੇ ਫਿਰ ਭਲਾ ਵੇਖਣਾ ਉਹਨਾਂ ਦਾ ਕੋਈ ਬਾਕੀ ਰਿਆ ਤੇ ਪਾਕ ਕੀਤਾ ਫਿਰ ਉਹਨੇ ਤੇ ਜਿਹੜਾ ਉਸ ਦੇ ਪਹਿਲੇ ਸੀ ਤੇ ਜਿੰਨਾਂ ਉੱਤੇ ਉੱਤੇ ਆਈ ਫਿਰ ਹੁਕਮ ਮੋੜਿਓ ਨੇ ਆਪਣੇ ਰੱਬ ਦੇ ਪੈਗਾਮ ਪਹੁੰਚਾਣੇ ਵਾਲੇ ਦਾ ਫਿਰ ਫੜਿਆ ਉਹਨਾਂ ਨੂੰ ਪਕੜ ਸਖਤ ਨਾਲ ਜਦ ਹੜ ਆਇਆ ਪਾਣੀ ਦਾ ਅਸਲ ਸਵਾਰ ਕਰ ਲਿਆ ਤੁਹਾਨੂੰ ਬੇੜੀ ਵਿੱਚ ਤਾਂ ਸੀ ਬਣਾਈਏ ਕਿੱਸਾ ਤੁਸਾਂ ਦੀ ਯਾਦਗਾਰੀ ਤੇ ਮਹਫੂਜ਼ ਰੱਖਣ ਇਸ ਨੂੰ ਕੰਨ ਯਾਦ ਰੱਖਣ ਵਾਲੇ ਫਿਰ ਜਦ ਫੂਕ ਵੱਜੇਗੀ ਕਰਨਾ ਵਿੱਚ ਇੱਕੋ ਫੂਕ ਤੇ ਚੁੱਕੀ ਜਾਏਗੀ ਜ਼ਮੀਨ ਤੇ ਪਹਾੜ ਫਿਰ ਕੁੱਟੇ ਜਾਣਗੇ ਇੱਕੋ ਸੱਟੇ ਫਿਰ ਉਸ ਦਿਨ ਹੋ ਪੈਗੀ ਹੋਣ ਵਾਲੀ ਤੇ ਪੜ ਜਾਏਗਾ ਅਸਮਾਨ ਟਿਲਮ ਟਿਲਾ ਹੋ ਕੇ ਤੇ ਫਰਿਸ਼ਤੇ ਹੋ ਜਾਣਗੇ ਉਸ ਦੇ ਕਿਨਾਰੇ ਉੱਤੇ ਤੇ ਚੁੱਕਣਗੇ ਤਖਤ ਤੇਰੇ ਰਬ ਦਾ ਆਪਣੇ ਉੱਤੇ ਉਸ ਦਿਨ ਅੱਠ ਫਰਿਸ਼ਤੇ ਉਸ ਦਿਨ ਸਾਹਮਣੇ ਕੀਤੇ ਜਾਓਗੇ ਛੁਪਿਆ ਨਾ ਰਹੇਗਾ ਤੁਸਾਂ ਵਿੱਚੋਂ ਕੋਈ ਛੁਪਣ ਵਾਲਾ ਫਿਰ ਜਿਸ ਨੂੰ ਤੇ ਮਿਲ ਗਈ ਚਿੱਠੀ ਉਸ ਦੀ ਆਪਣੇ ਸੱਜੇ ਹੱਥ ਵਿੱਚ ਸੋ ਉਹ ਆਖੇਗਾ ਲਓ ਜੇ ਪੜੋ ਮੇਰੀ ਚਿੱਠੀ ਮੈਂ ਜਾਤਾ ਸੀ ਭਈ ਜ਼ਰੂਰ ਮੈਂ ਮਿਲਣਾ ਆਪਣੇ ਸਾਹਿਬ ਨੂੰ ਸੋ ਉਹ ਮੰਨ ਪੌਂਦੀ ਗੁਜਰਾਨ ਵਿੱਚ ਹੈ ਉੱਚੇ ਬਿਸਤ ਵਿੱਚ ਮੇਰੇ ਉਸ ਦੇ ਚੁਕੇ ਹੋਏ ਨੇ ਖਾਓ ਤੇ ਪੀਓ ਸੁਖੱਲਾ ਸੰਗੋ ਲੰਗਦਾ ਬਦਲੇ ਉਸ ਦੇ ਜੋ ਅੱਗੇ ਕੱਲੇ ਹੋ ਜੇ ਪਿਛਲਿਆਂ ਦਿਨਾਂ ਵਿੱਚ ਤੇ ਜਿਸ ਨੂੰ ਮਿਲ ਗਈ ਚਿੱਠੀ ਉਸ ਦੀ ਖੱਬੇ ਹੱਥ ਵਿੱਚ ਸੋ ਆਖਦਾ ਹੈ ਹੈ ਮੇਰੀ ਇਹ ਮੰਦੀਆਸੇ ਨਾ ਮਿਲਦੀ ਮੈਨੂੰ ਚਿੱਠੀ ਮੇਰੀ ਤੇ ਨਾ ਜਾਣਦਾ ਕੀ ਇਹ ਹਿਸਾਬ ਮੇਰਾ ਹੈ ਮੰਦੀਆਸੇ ਉਹ ਮੌਤ ਹੁੰਦੀ ਨਬੇੜ ਜਾਣ ਵਾਲੀ ਨਾ ਕੰਮ ਆਇਆ ਮੇਰੇ ਜੋ ਕੁਝ ਮੇਰੇ ਕੋਲ ਸੀ ਗਿਆ ਗਵਾਤਾ ਮੈਥੋਂ ਜ਼ੋਰ ਮੇਰਾ ਹੁਕਮ ਹੋਏਗਾ ਫੜ ਲੋ ਇਸ ਨੂੰ ਮੁਸ਼ਕਮ ਬੰਨ ਲੋ ਇਸ ਦੀਆਂ ਅਗਦੇ ਢੇਰ ਵਿੱਚ ਪਾ ਦਿਓ ਇਸ ਨੂੰ ਫੇਰੀਕ ਸੰਗਲ ਵਿੱਚ ਜਿਸ ਦੀ ਮਿੰਤਰ 70 ਗਾਜੇ ਜਕਰਦੇ ਹੋ ਇਸ ਨੂੰ ਜ਼ਰੂਰ ਉਹ ਨਹੀਂ ਮੰਨਦਾ ਸੀ ਅੱਲਾ ਨੂੰ ਜੋ ਸਭ ਤੋਂ ਵੱਡਾ ਤੇ ਨਹੀਂ ਸੀ ਤਾਂ ਕੀਤ ਕਰਦਾ ਭੁੱਖੇ ਨੂੰ ਖਵਾ ਲੰਦੇ ਹੁਣ ਕੋਈ ਨਹੀਂ ਹੁੰਦਾ ਜੇ ਇੱਥੇ ਦਰਦੀ ਤੇ ਨਾ ਕੁਝ ਖੁਰਾਕ ਸੂ ਕੱਚ ਲਉ ਜਿਸੀ ਵਾ ਜਿਸ ਨੂੰ ਕੋਈ ਨਾ ਖਾਏ ਸਵਾ ਤਕਸੀਰ ਵਾਰਾਂ ਦੇ ਹੁਣ ਮੈਂ ਸੌ ਖਾਣਾ ਉਸ ਦੀ ਜੋ ਵੇਖਦੇ ਹੋ ਤੇ ਉਸ ਦੀ ਜੋ ਨਹੀਂ ਵੇਖਦੇਓ ਇਹ ਕੁਰਾਨ ਜ਼ਰੂਰ ਜ਼ੁਬਾਨੀ ਇੱਕ ਸਨੇਹ ਲਿਆਉਣ ਵਾਲੇ ਸਰਦਾਰ ਦਾ ਤੇ ਨਹੀਂ ਇਹ ਸੁਖਨ ਕਿਸੇ ਸ਼ਾਇਰ ਦਾ ਬਹੁਤ ਥੋੜਾ ਮੰਨਦੇਓ ਤੇ ਨਾ ਸੁਖਨ ਕਿਸੇ ਕਾਂ ਦਾ ਬਹੁਤ ਥੋੜਾ ਧਿਆਨ ਕਰਦੇਓ ਇਹ ਉਤਾਰਿਆ ਸਾਰੇ ਜਗ ਦੇ ਰੱਬ ਦਾ ਤੇ ਜੇ ਕਦੇ ਆਪਣੇ ਕੋਲੋਂ ਬਣਾ ਲੈਂਦਾ ਸਾਡੇ ਨਾਮ ਕੁਝ ਗੱਲਾਂ ਤਾਂ ਅਸੀਂ ਫੜ ਲੈਂਦੇ ਉਹਦਾ ਸੱਜਾ ਹੱਥ ਫੇਰ ਅਸੀਂ ਵੱਢ ਦਿੰਦੇ ਉਹਦੀ ਸ਼ਹਰਾ ਫਿਰ ਤੁਸੀਂ ਵਿੱਚੋਂ ਕੋਈ ਨਹੀਂ ਉਹਦੀ ਤਰਫੋਂ ਰੋਕਣ ਵਾਲਾ ਤੇ ਜ਼ਰੂਰ ਹੈ ਕੁਰਾਨ ਨਸੀਹਤੇ ਬਚ ਕੇ ਤੁਰਨ ਵਾਲਿਆਂ ਨੂੰ ਤੇ ਅਸੀਂ ਜ਼ਰੂਰ ਜਾਣਨੇ ਭਾਈ ਤੁਸੀਂ ਵਿੱਚੋਂ ਬਾਦੇ ਛੁਟਰਾਣ ਵਾਲੇ ਨੇ ਤੇ ਇਹ ਕੁਰਾਨ ਜ਼ਰੂਰ ਪਛੋਤਾਵੇ ਬਈ ਮਨਾ ਹੁੰਤੇ ਤੇ ਜ਼ਰੂਰ ਇਹ ਲਾਇਕ ਯਕੀਨ ਕਰਨ ਦੇ ਹਬੀਬ ਹੁਣ ਪਾਖ ਆਖ ਆਪਣੇ ਰੱਬ ਦੇ ਨਾਮ ਨੂੰ ਜੋ ਸਭ ਨਾਲੋਂ ਵੱਡਾ